ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਇੱਕ 40 ਸਾਲਾਂ ਦਾ ਉਹ ਰਾਜ ਸੀਗਾ ਵੀ ਜਿਸ ਦੇ ਰਾਜ ਵਿੱਚ ਕਿਸੇ ਨੂੰ ਮੌਤ ਦੀ ਸਜ਼ਾ ਨਹੀਂ ਹੋਈ। ਮੋਇਆ ਜਦੋਂ ਪੰਜਾਬ ਦਾ ਮਹਾਰਾਜਾ ਮੋਈ ਵੀਰਤਾ ਵੀਰ ਪੰਜਾਬੀਆਂ ਦੀ ਕੱਲਾ ਸ਼ੇਰ ਨਹੀਂ ਸੜਿਆ ਵਿੱਚ ਚਿਤਾ ਦੇ ਸੜ ਗਈ ਤਕਦੀਰ ਪੰਜਾਬੀਆਂ ਦੀ ਸੜ ਗਈ ਤਕਦੀਰ ਪੰਜਾਬੀਆਂ ਦੀ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਕੋਈ ਜੇਲ੍ਹ ਨਹੀਂ ਸੀ। ਮੇਰੇ ਕਹਿਣ ਤੋਂ ਮੁਰਾਦ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਤੋਂ। ਹਾਂਜੀ ਸੁੱਚਾ ਸਿੰਘ ਜੀ, ਮਹਾਰਾਜਾ ਰਣਜੀਤ ਸਿੰਘ ਜੀ ਜਦੋਂ ਨਹੀਂ ਰਹੇ ਜਾਂ ਉਹਨਾਂ ਦੇ ਟਾਈਮ 'ਚ ਜਦੋਂ ਸੀਗੀਆਂ ਜੀ ਜੇਲ੍ਹਾਂ ਨਹੀਂ ਸੀ ਹੁੰਦੀਆਂ ਅਤੇ ਹਿੰਦੂ ਡੋਲੀਆਂ ਲੁੱਟਣ ਦਾ ਸਮਾਂ ਵੀ ਚੱਲ ਰਿਹਾ ਸੀ, ਬਲਾਤਕਾਰ। ਮਹਾਰਾਜਾ ਰਣਜੀਤ ਸਿੰਘ ਬਾਰੇ ਦਰਸ਼ਕਾਂ ਨੂੰ ਥੋੜ੍ਹਾ ਜਿਹਾ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਇੱਕ 40 ਸਾਲਾਂ ਦਾ ਉਹ ਰਾਜ ਸੀਗਾ ਵੀ ਜਿਸ ਦੇ ਰਾਜ ਵਿੱਚ ਕਿਸੇ ਨੂੰ ਮੌਤ ਦੀ ਸਜ਼ਾ ਨਹੀਂ ਹੋਈ। ਇਹ ਬ੍ਰਿਟਿਸ਼ ਰਾਈਟਰ ਵੀ ਮੰਨਦੇ ਨੇ ਔਰ ਜਿੰਨੇ ਵਰਲਡ ਦੇ ਲੈਵਲ 'ਤੇ ਕਿਤਾਬਾਂ ਲਿਖੀਆਂ ਗਈਆਂ ਨੇ ਉਹ ਇਹ ਗੱਲ ਮੰਨਦੇ ਨੇ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਅਗਰ ਕੁਝ ਸਾਲ ਜ਼ਿੰਦਾ ਰਹਿ ਜਾਂਦਾ ਤਾਂ ਸਿੱਖਾਂ ਦੀ ਇੱਕ ਹੋਮਲੈਂਡ ਦੁਨੀਆ ਵਿੱਚ ਅਸਟੈਬਲਿਸ਼ ਹੋ ਜਾਣੀ ਸੀ, ਪਰ ਪੂਰਨ ਤੌਰ 'ਤੇ, ਜਿਹੜੀ ਕਦੇ ਨਾ ਖਤਮ ਹੋਣ ਵਾਲੀ ਸੀਗੀ। ਔਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਕੋਈ ਜੇਲ੍ਹ ਨਹੀਂ ਸੀ ਬਣੀ ਜੀ, ਸਭ ਤੋਂ ਵੱਡੀ ਗੱਲ ਇਹ ਸੀ। ਔਰ ਕਿਸੇ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਰਾਜ ਸੀ ਨਾ, ਜੋ ਆਪਾਂ ਹੁਣ ਗੱਲ ਕਰ ਚੁੱਕੇ ਗੁਰੂ ਨਾਨਕ ਸਾਹਿਬ ਦੀ ਸੈਕੂਲਰਿਜ਼ਮ ਦੀ, ਕਿਉਂਕਿ ਉਸ ਰਾਜ ਦੇ ਅੰਦਰ ਹਿੰਦੂ ਵੀ ਸੀ ਮੁਸਲਮਾਨ ਵੀ ਸੀ। ਅਤੇ ਜੇ ਕਿਸੇ ਨੇ ਕੋਈ ਇੱਕ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਦੀ ਸਾਖੀ ਹੁੰਦੀ ਵੀ ਇੱਕ ਮੁਸਲਮਾਨ ਨੇ ਗੋਲਡਨ ਅੱਖਰਾਂ ਵਿੱਚ ਜਾਂ ਸੁਨਹਿਰੀ ਅੱਖਰਾਂ ਵਿੱਚ ਉਸਨੂੰ ਕਹਿ ਲਓ ਪੰਜਾਬੀ ਵਿੱਚ ਇੱਕ ਕੁਰਾਨ ਸ਼ਰੀਫ ਲਿਖੀ, ਤਾਂ ਉਹ ਕਹਿੰਦਾ ਹੈ, ਇੱਕ ਬੰਦਾ ਉਹਨੂੰ ਕਹਿੰਦਾ ਹੈ ਕਿ ਦੇਖ ਇਸੇ ਜਿਸ ਰਾਜ ਵਿੱਚ ਤੂੰ ਇਹ ਕੁਰਾਨ ਸ਼ਰੀਫ ਲਿਖੀ ਹੈ ਇੱਥੋਂ ਦਾ ਰਾਜਾ ਸਿੱਖ ਹੈ, ਇਹ ਤੇਰੀ ਇਹਦੀ ਲਿਖਾਈ ਦੀ ਕੋਈ ਕਦਰ ਨਹੀਂ ਹੋਏਗੀ। ਔਰ ਦੂਸਰਾ ਉਹ ਕਹਿੰਦਾ ਨਹੀਂ, ਐਸਾ ਨਹੀਂ ਹੋ ਸਕਦਾ ਕਿ ਤੁਸੀਂ ਮਹਾਰਾਜਾ ਰਣਜੀਤ ਸਿੰਘ ਕੋਲ ਲੈ ਕੇ ਜਾਓ, ਵੀ ਤੁਸੀਂ ਮੁਸਲਮਾਨ ਹੋ। ਜਦੋਂ ਉਹ ਬੰਦਾ ਆਪਣੀ ਕੁਰਾਨ ਸ਼ਰੀਫ ਸੁਨਹਿਰੀ ਅੱਖਰਾਂ 'ਚ ਲਿਖੀ ਲੈ ਕੇ ਗਿਆ ਤੇ ਮਹਾਰਾਜਾ ਰਣਜੀਤ ਸਿੰਘ ਨੇ ਓਨੇ ਵਜਨ ਦੀਆਂ ਸੋਨੇ ਦੀਆਂ ਮੋਹਰਾਂ ਦਿੱਤੀਆਂ ਵੀ ਧਰਮ ਸਾਰਿਆਂ ਦੇ ਲਈ ਹੀ ਸਤਿਕਾਰਯੋਗ ਹੈ, ਚਾਹੇ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਚਾਹੇ ਕੁਰਾਨ ਸ਼ਰੀਫ ਜੀ, ਓਨਾ ਹੀ ਸੱਤਾ। ਔਰ ਦੂਸਰੀ ਗੱਲ, ਜਿੰਨਾ ਸੋਨਾ ਮਹਾਰਾਜਾ ਰਣਜੀਤ ਸਿੰਘ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਸੇਵਾ ਕਰਾਈ, ਓਨਾ ਹੀ ਸੋਨਾ ਮੰਦਰਾਂ ਔਰ ਮਸਜਿਦਾਂ ਨੂੰ ਵੀ ਦਿੱਤਾ। ਹਾਂ, ਅਗਰ 50% ਜਿਹੜਾ ਦਸਵੰਧ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਹਰਿਮੰਦਰ ਸਾਹਿਬ ਆਉਂਦਾ ਸੀ ਤੇ 25% ਮੰਦਰ ਨੂੰ ਔਰ 25% ਮਸਜਿਦ ਦਿੱਤਾ ਜਾਂਦਾ, ਇਕੁਇਲਿਟੀ ਰੱਖਦੇ ਸੀ ਹਮੇਸ਼ਾ ਸਾਰਿਆਂ ਲਈ। ਔਰ ਦੂਸਰੀ ਗੱਲ ਸੀ, ਮਹਾਰਾਜਾ ਰਣਜੀਤ ਸਿੰਘ ਦਾ ਖਜ਼ਾਨਾ ਮੰਤਰੀ ਹਿੰਦੂ ਸੀਗਾ, ਮਤਲਬ ਉੱਥੇ ਕੋਈ ਧਰਮ ਦੀ ਗੱਲ ਹੀ ਨਹੀਂ ਸੀ। ਹੁਣ ਮਹਾਰਾਜਾ ਰਣਜੀਤ ਸਿੰਘ ਜੀ ਦਾ ਜਿਹੜਾ ਰਾਜ ਦਾ ਇੱਕ ਵਜ਼ੀਰ ਸੀਗਾ ਔਰ ਕੈਪਟਨ ਮਰੇ ਨੇ ਹਿਮਾਚਲ ਦੀ ਮੀਟਿੰਗ 'ਚ ਬੁਲਾਇਆ ਉਸਨੂੰ, ਉਹ ਮੁਸਲਮਾਨ ਸੀਗਾ। ਹਾਂ, ਮੈਨੂੰ ਮੈਨੂੰ ਸੋਰੀ ਨਾਮ ਬਹੁਤ ਹੈ, ਮੈਨੂੰ ਭੁੱਲ ਗਿਆ। ਔਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਇੱਕ ਵਜ਼ੀਰ ਸੀ, ਉਸਨੂੰ ਬੁਲਾਇਆ ਗਿਆ ਔਰ ਮੀਟਿੰਗ ਕਰਨ ਲਈ ਜਦੋਂ ਗਿਆ ਔਰ ਹਿਮਾਚਲ ਦੀ ਮੀਟਿੰਗ 'ਚ ਉਸਨੇ ਅੰਗਰੇਜ਼ਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਉਸ ਮੰਤਰੀ ਨੂੰ ਪੁੱਛਿਆ ਕਿ ਅਸੀਂ ਸੁਣਿਆ ਹੈ ਕਿ ਤੁਹਾਡੇ ਮਹਾਰਾਜਾ ਦੀ ਇੱਕ ਅੱਖ ਕਾਣੀ ਹੈ। ਦੇਖੋ, ਕਿਉਂਕਿ ਮਹਾਰਾਜਾ ਸਿੰਘ ਹੈਰਾਨੀ ਦੀ ਗੱਲ ਹੈ ਕਿ 12 ਸਾਲ ਦੀ ਏਜ ਵਿੱਚ ਮਹਾਰਾਜਾ ਰਣਜੀਤ ਸਿੰਘ ਇੱਕ ਮਿਸਲ ਦਾ ਜਥੇਦਾਰ ਬਣ ਗਿਆ ਸੀਗਾ 12 ਸਾਲ ਦੀ ਏਜ ਵਿੱਚ। ਔਰ ਸਾਡੇ ਬੱਚਿਆਂ ਨੂੰ 12 ਸਾਲ ਦੇ ਨੂੰ ਮੇਰਾ ਖਿਆਲ ਹੈ ਵੀ ਗੱਤਕਾ ਨਹੀਂ, ਸੋਟੀ ਨਹੀਂ ਕਮਾਉਣੀ ਹੁੰਦੀ, ਔਰ ਤਲਵਾਰ ਕਮਾਉਂਦਾ ਸੀ ਬਸ ਜੀ, ਮੋਬਾਈਲ ਚ ਅੱਗੇ ਰਹਿ ਗਏ ਬੱਚੇ ਅੱਜ ਕੱਲ੍ਹ ਜੋ ਤੁਸੀਂ ਪਹਿਲਾਂ। ਹਾਂ, ਔਰ ਜਦੋਂ ਉਸ ਮੰਤਰੀ ਨੂੰ ਪੁੱਛਿਆ ਤੇ ਉਹ ਕਹਿਣ ਲੱਗਾ ਵੀ ਮੇਰੀ ਇੰਨੀ ਹਿੰਮਤ ਨਹੀਂ, ਵੀ ਕਹਿੰਦਾ ਮੈਂ ਨਹੀਂ ਸੁਣਿਆ ਕਿ ਮਹਾਰਾਜਾ ਰਣਜੀਤ ਸਿੰਘ ਦੀ ਅੱਖ ਕਾਣੀ ਹੈ, ਵੀ ਉਹਨੂੰ ਦਿਖਾਈ ਨਹੀਂ ਦਿੰਦਾ, ਲੋਕ ਕਾਣਾ ਵੀ ਕਹਿੰਦੇ ਸਨ। ਤੇ ਖੈਰ ਆਪਾਂ ਨੂੰ ਸ਼ਬਦ ਨਹੀਂ ਵਰਤਣ ਚਾਹੀਦਾ ਜੋ ਹਿਸਟਰੀ 'ਚ ਮੈਂ ਬੋਲ ਰਿਹਾ। ਤੇ ਉਹ ਕਹਿੰਦਾ ਵੀ ਕਾਣੇ ਗੋਰਿਆਂ ਨੂੰ ਕਹਿੰਦਾ ਵੀ ਸ਼ਾਇਦ ਤੁਸੀਂ ਸੁਣਿਆ, ਮੈਂ ਤਾਂ ਕਹਿੰਦੇ ਤੂੰ ਉਹਦੇ ਰਾਹ 'ਚ ਰਹਿੰਦਾ, ਕਹਿੰਦਾ ਮੇਰੀ ਇੰਨੀ ਜ਼ਰੂਰਤ ਨਹੀਂ ਹੈ ਕਿ ਮੈਂ ਉਹਦੇ ਚਿਹਰੇ ਵੱਲ ਵੇਖ ਸਕਾਂ। ਮਹਾਰਾਜਾ ਰਣਜੀਤ ਸਿੰਘ ਦੇ ਵੀ ਤੁਹਾਡੇ ਲਈ ਹੋਏਗਾ ਲੇਕਿਨ ਸਾਡੇ ਲਈ ਉਹ ਇੱਕ ਰਾਜਾ ਹੈ। ਤੋ ਖੈਰ, ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਹੈ ਔਰ ਦਿੱਲੀ ਦੀ ਇੱਕ ਲੜਕੀ ਨੇ ਆਪਣਾ ਆਰਟੀਕਲ ਲਿਖਿਆ, ਲੇਟੈਸਟ ਹੈ, ਆਈ ਥਿੰਕ 6 ਮਹੀਨੇ ਜਾਂ ਸਾਲ ਪੁਰਾਣਾ ਹੋਏਗਾ। ਔਰ ਉਸਨੇ ਇਹ ਗੱਲ ਲਿਖੀ ਹੈ ਕਿ ਅਗਰ ਇੰਡੀਆ ਵਿੱਚ ਤੁਸੀਂ ਕ੍ਰਾਈਮ ਖਤਮ ਕਰਨਾ ਚਾਹੁੰਦੇ ਹੋ, ਇੰਡੀਆ ਵਿੱਚ ਬਲਾਤਕਾਰ ਨਾਮ ਦੀਆਂ ਚੀਜ਼ਾਂ ਖਤਮ ਹੋ ਜਾਣ,
ਤਾਂ ਇਸ ਦੇਸ਼ ਦੇ ਰਾਜੇ ਸਿੱਖਾਂ ਨੂੰ ਬਣਾ ਦਿਓ। ਕਹਿੰਦੀ ਮੈਂ ਗਰੰਟੀ ਨਾਲ ਕਹਿੰਦੀ ਹਾਂ ਕਦੇ ਬਲਾਤਕਾਰ ਨਹੀਂ ਹੋਏਗਾ। ਔਰ ਮਹਾਰਾਜਾ ਰਣਜੀਤ ਸਿੰਘ ਦੀਆਂ ਜਿਹੜੀਆਂ ਪਾਲਿਸੀ ਸਨ ਉਹ ਇਹ ਸੀਗੀਆਂ ਕਿ ਉਹਨਾਂ ਨੇ ਗੁਰਦੁਆਰਿਆਂ ਨੂੰ ਐਜੂਕੇਸ਼ਨ ਦੀ ਗੱਲ ਆ ਰਹੀ ਹੈ, ਜਿਹੜੇ ਗੁਰਦੁਆਰੇ ਸਨ ਉਹਨਾਂ ਨੂੰ ਜ਼ਮੀਨਾਂ ਦਾਨ ਕੀਤੀਆਂ ਸਨ, ਲਗਵਾ ਦਿੱਤੀਆਂ ਉਹਨਾਂ ਨੇ, ਜਿਹੜਾ ਅੱਜ ਕਿਸਾਨਾਂ ਦਾ ਮੁੱਦਾ ਧਰਨਾ ਉੱਠ ਰਿਹਾ। ਇਹ ਜ਼ਮੀਨਾਂ ਦੀ ਸ਼ੁਰੂਆਤ ਬਾਬਾ ਬੰਦਾ ਸਿੰਘ ਬਹਾਦਰ ਨੇ ਕੀਤੀ ਸੀ ਮੁਗਲ ਹਕੂਮਤ ਤੋਂ ਲੈ ਕੇ, ਵੀ ਸਿੱਖ ਕਦੇ ਵੀ ਟੈਕਸ ਨਹੀਂ ਦੇਣਗੇ। ਔਰ ਪੂਰਨ ਤੌਰ ਤੇ ਉਹਨੂੰ ਜਿਹੜਾ ਪੱਕਾ ਕਰਨ ਦੀ ਜਿਹੜੀ ਸੀਗੀ ਉਹ ਮਹਾਰਾਜ ਰਣਜੀਤ ਸਿੰਘ ਨੇ ਦਿੱਤੀਆਂ ਨੇ ਕਿ ਸਿੱਖ ਜਿਹੜੇ ਨੇ ਉਹ ਇਸ ਜ਼ਮੀਨਾਂ ਦੇ ਮਾਲਕ ਨੇ। ਔਰ ਗੁਰਦੁਆਰੇ ਨੂੰ ਜ਼ਮੀਨਾਂ ਦਿੱਤੀਆਂ ਸਨ ਔਰ ਉਸ ਸਕੂਲ ਨਾ ਹੋਣ ਕਾਰਨ ਗੁਰਦੁਆਰਿਆਂ ਦੇ ਵਿੱਚ ਬੱਚਿਆਂ ਨੂੰ ਪੰਜਾਬੀ ਗੁਰਮੁਖੀ ਪੜ੍ਹਾਈ ਜਾਂਦੀ ਸੀ। ਔਰ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਵਿੱਚ ਇੰਗਲਿਸ਼ ਲਾਗੂ ਨਹੀਂ ਹੋਣ ਦਿੱਤੀ, ਜਦਕਿ ਆਪ ਕਦੇ ਸਕੂਲ ਨਹੀਂ ਗਿਆ, ਠੀਕ ਹੈ। ਔਰ ਅਗਲੀ ਗੱਲ ਇਹ ਸੀਗੀ, ਤੁਸੀਂ ਨੈਪੋਲੀਅਨ ਦਾ ਨਾਮ ਸੁਣਿਆ ਹੋਣਾ? ਹਾਂਜੀ ਬਿਲਕੁਲ ਸੁਣਿਆ ਜੀ, ਸੁਣਿਆ ਜੀ ਬਿਲਕੁਲ ਜੀ। ਔਰ ਡਿਊਕ ਆਫ ਕਲਿੰਟਨ ਹੈ, ਬ੍ਰਿਟਿਸ਼ ਡਿਊਕ ਆਫ ਕਲਿੰਟਨ, ਸੁਣਿਆ ਜੀ? ਡਿਊਕ ਆਫ ਕਲਿੰਟਨ ਜਿਹੜਾ ਹੈ ਉਹ ਅੰਗਰੇਜ਼ ਜਿਹੜੇ ਇਸਨੂੰ ਬਹੁਤ ਵੱਡਾ ਡਿਕਟੇਟਰ ਜਾਂ ਬਹਾਦਰ ਮੰਨਦੇ ਨੇ, ਮਾਰਸ਼ਲ ਆਰਟ ਮੰਨਦੇ ਨੇ, ਠੀਕ ਹੈ ਜੀ। ਹੁਣ ਤੁਸੀਂ ਹੈਰਾਨ ਹੋ ਗਏ ਵੀ ਨੈਪੋਲੀਅਨ ਕੋਲ 40,000 ਦੀ ਸੈਨਾ ਹੈ, ਠੀਕ ਹੈ ਜੀ। ਨੈਪੋਲੀਅਨ ਫਰਾਂਸ ਦਾ ਹੈ ਔਰ ਡਿਊਕ ਆਫ ਕਲਿੰਟਨ ਬ੍ਰਿਟਿਸ਼ ਹੈ। ਨੈਪੋਲੀਅਨ ਜਿਹੜਾ ਹੈ ਡਿਊਕ ਆਫ ਕਲਿੰਟਨ ਤੋਂ ਹਾਰ ਗਿਆ, ਸਮਰਪਣ ਕਰ ਦਿੱਤਾ। ਡਿਊਕ ਆਫ ਕਲਿੰਟਨ ਨੂੰ ਨੈਪੋਲੀਅਨ ਨੇ ਆਤਮ ਸਮਰਪਣ ਕਰ ਦਿੱਤਾ। ਔਰ ਕਈ ਰਾਈਟਰਾਂ ਨੇ ਇਸ ਜੰਗ ਨੂੰ ਚਮਕੌਰ ਦੀ ਜੰਗ ਨਾਲ ਵੀ ਜੋੜਿਆ ਕਿ 40 ਸਿੱਖ ਨੇ ਔਰ ਡਿਊਕ ਨੈਪੋਲੀਅਨ ਕੋਲ 40,000 ਹੈ। ਸ਼ਾਇਦ ਗੁਰੂ ਨਾਲ ਤਾਂ ਇੱਡੀ ਨਹੀਂ ਤੁਲਨਾ ਕੀਤੀ ਸੀ, ਕਿ ਮੈਂ ਇੱਕ ਗੱਲ ਕਰ ਰਿਹਾ ਕਿ ਚਮਕੌਰ ਦੀ ਜੰਗ ਵਿੱਚ ਗੁਰੂ ਗੋਬਿੰਦ ਸਿੰਘ ਨਾਲ 40 ਨੇ ਔਰ ਨੈਪੋਲੀਅਨ ਦੇ ਨਾਲ 40,000 ਹੈ, ਔਰ 40,000 ਨੇ ਆਤਮ ਸਮਰਪਣ ਕਰ ਦਿੱਤਾ ਔਰ 40 ਨੇ ਆਤਮ ਸਮਰਪਣ ਨਹੀਂ ਕੀਤਾ। ਔਰ ਡਿਊਕ ਆਫ ਕਲਿੰਟਨ ਜਿੱਤ ਗਿਆ। ਔਰ ਡਿਊਕ ਨੈਪੋਲੀਅਨ ਦੇ ਦੋ ਜਰਨੈਲ ਨੇ, ਨੈਪੋਲੀਅਨ ਦੇ ਦੋ ਜਰਨੈਲ ਵਾਇਆ ਅਫਗਾਨਿਸਤਾਨ ਤੋਂ ਹੁੰਦੇ ਹੋਏ ਇੱਥੇ ਪੰਜਾਬ ਪਹੁੰਚੇ ਨੇ। ਉਹਨਾਂ ਨੇ ਪੁੱਛਿਆ ਵੀ ਦੁਨੀਆਂ ਵਿੱਚ ਕੋਈ ਐਸਾ ਦਾ ਬਹਾਦਰ ਹੈ, ਵੀ ਨੈਪੋਲੀਅਨ ਤੇ ਹਾਰ ਚੁੱਕਿਆ, ਉਹਨੇ ਆਤਮ ਸਮਰਪਣ ਕਰ ਦਿੱਤਾ। ਉਹਦੇ ਜਰਨੈਲ ਨੇ, ਇੱਕ ਇਟਾਲੀਆ ਦਾ ਔਰ ਇੱਕ ਫਰਾਂਸ ਦਾ ਰਹਿਣ ਵਾਲਾ ਹੈ, ਉਹ ਕਹਿੰਦੇ ਨੇ ਕਿ ਜਦੋਂ ਉਹ ਮਿਲਦੇ ਨੇ ਉਹ ਕਹਿੰਦੇ ਵੀ ਕੋਈ ਐਸਾ ਬਾਦਸ਼ਾਹ ਹੈ ਵੀ ਜਿਹੜਾ ਮਤਲਬ ਦੁਨੀਆਂ ਨੂੰ ਜਿੱਤਣ ਦਾ, ਕਹਿੰਦੇ ਸਿਕੰਦਰ ਤੋਂ ਬਾਅਦ ਇੱਕੋ ਇੱਕ ਬਾਦਸ਼ਾਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵੀ ਜਿਹੜਾ ਯੂਰਪ ਨੂੰ ਵੀ ਰੱਖਣ ਜਿੱਤਣ ਦੀ ਤਾਕਤ ਰੱਖਦੇ। ਉਹ ਫਿਰ ਮਹਾਰਾਜਾ ਜੀ ਅਲਾਰਡ, ਅਲਾਰਡ ਉਹਦਾ ਨਾਮ ਹੈ, ਅਲਾਰਡ ਆਉਂਦਾ ਤੇ ਮਹਾਰਾਜੀਤ ਸਿੰਘ ਨੂੰ ਮਿਲਦਾ ਹੈਗਾ ਤੇ ਮਹਾਰਾਜੀਤ ਸਿੰਘ ਕਹਿੰਦੇ ਠੀਕ ਹੈ ਤੁਹਾਨੂੰ ਨੌਕਰੀ ਦਿੱਤੀ ਜਾਏਗੀ। ਤੁਹਾਨੂੰ ਪਤਾ ਹੋਏਗਾ ਪੈਰਿਸ ਦੇ ਅੰਦਰ ਮਹਾਰਾਜੀਤ ਸਿੰਘ ਦਾ ਸਟੈਚੂ ਲੱਗਾ ਹੋਇਆ, ਅਲਾਰਡ ਉਹ ਫੌਜ ਚ ਕੰਮ ਕਰਦਾ ਸੀ, ਇਸ ਕਰਕੇ ਦੇਖੋ ਕਿੰਨੀ ਰਿਸਪੈਕਟ ਹੈ। ਔਰ ਮੈਨੂੰ ਦੁੱਖ ਹੁੰਦਾ ਹੈ ਕਿ ਪੰਜਾਬ ਦੀ ਧਰਤੀ ਜਿੱਥੇ ਸ਼ੇਰੇ ਪੰਜਾਬ ਮਹਾਰਾਜੀਤ ਸਿੰਘ ਗੁਰੂ ਦੇ ਚਰਨ ਪਏ ਹੋਣ, ਤੁਸੀਂ ਕਿਤੇ ਵੀ ਚਲੇ ਜਾਓ ਤੁਹਾਨੂੰ ਮਹਾਰਾਜੀਤ ਸਿੰਘ ਦਾ ਸਟੈਚੂ ਨਹੀਂ ਮਿਲੇਗਾ। ਇਹ ਬੜੀ ਦੁੱਖ ਦੀ ਗੱਲ ਹੈ, ਸੋਚਣ ਦਾ ਵਿਸ਼ਾ ਹੈ। ਬਿਲਕੁਲ, ਜਿੰਨੇ ਕੌਮ ਸਾਜੀ ਕੌਮ ਦੇ ਨਹੀਂ, ਗੱਲ ਮੁੱਦਾ ਕੌਮ ਦਾ ਨਹੀਂ ਗਾ, ਇੱਕ ਬਹਾਦਰ ਇੰਡੀਆ ਚ ਪੈਂਦਾ ਜੀ। ਦੇਖੋ ਜੀ ਬਿਲਕੁਲ, ਪੰਜਾਬ ਕੋਈ ਸੈਪਰੇਟਡ ਨਹੀਂ ਹੈਗਾ, ਇੰਡੀਆ ਦਾ ਰਾਜਾ ਮਤਲਬ ਇੰਡੀਆ ਦਾ ਹੀ ਰਾਜਾ ਹੋ ਗਿਆ ਜੀ। ਭਾਰਤ ਇੱਡਾ ਵੱਡਾ, ਪੰਜਾਬ ਕਿੱਡਾ ਵੱਡਾ ਸੀਗਾ ਜੀ ਉਸ ਟਾਈਮ, ਉਸ ਤੋਂ ਬਾਅਦ ਟੁੱਟੇ ਹੋ ਗਏ। ਉਹਦਾ ਸਟੈਚੂ ਕੋਈ ਨਹੀਂ ਇੱਥੇ, ਕਾਫੀ ਸਾਰੇ ਵਿਗਿਆਨਾਂ ਵਿਦਵਾਨਾਂ ਦੇ ਸਟੈਚੂ ਲਗਾ ਦਿੱਤੇ, ਬਟ ਇਹ ਮਹਾਰਾਜਾ ਜਿਹੜਾ ਗੁਰੂ ਨਾਲ ਵੀ ਜੁੜਿਆ ਹੋਇਆ ਸੀ, ਗੁਰੂ ਘਰਾਂ ਨੂੰ ਹੋ ਗਏ ਜੀ। ਬਸ ਇਸ ਤਰ੍ਹਾਂ ਹੀ ਥੋੜੇ ਇੰਡੀਆ ਦੇ ਹਾਲਾਤ ਹੀ ਐਸੇ, ਮੰਨ ਲਓ ਸਾਡੇ ਬੱਚੇ ਜਾਂ ਅੱਗੇ ਨਹੀਂ ਆ ਰਹੇ ਜਾਂ ਇੱਥੋਂ ਛੱਡ ਕੇ ਬਾਹਰ ਨੂੰ ਭੱਜ ਰਹੇ ਨੇ, ਰਿਲੀਜੀਅਸ ਬਾਰੇ ਨੌਲੇਜ ਨਹੀਂ ਰੱਖ ਰਹੇ। ਇੰਡੀਆ ਵਿੱਚ ਤੁਸੀਂ ਕ੍ਰਾਈਮ ਖਤਮ ਕਰਨਾ ਚਾਹੁੰਦੇ ਹੋ, ਇੰਡੀਆ ਵਿੱਚ ਬਲਾਤਕਾਰ ਨਾਮ ਦੀਆਂ ਚੀਜ਼ਾਂ ਖਤਮ ਹੋ ਜਾਣ, ਤਾਂ ਇਸ ਦੇਸ਼ ਦੇ ਰਾਜੇ ਸਿੱਖਾਂ ਨੂੰ ਬਣਾ ਦਿਓ। ਕਹਿੰਦੀ ਮੈਂ ਗਰੰਟੀ ਨਾ ਕਹਿੰਦੀ ਹਾਂ ਕਦੇ ਬਲਾਤਕਾਰ ਨਹੀਂ। ਔਰ ਮਹਾਰਾਜਾ ਰਣਜੀਤ ਸਿੰਘ ਦੀਆਂ ਜਿਹੜੀਆਂ ਪਾਲਿਸੀ ਸਨ ਉਹ ਇਹ ਸੀਗੀਆਂ ਕਿ ਉਹਨਾਂ ਨੇ ਗੁਰਦੁਆਰਿਆਂ ਨੂੰ ਐਜੂਕੇਸ਼ਨ ਦੀ ਗੱਲ ਆ ਰਹੀ ਹੈ, ਜਿਹੜੇ ਗੁਰਦੁਆਰੇ ਸਨ ਉਹਨਾਂ ਨੂੰ ਜ਼ਮੀਨਾਂ ਦਾਨ ਕੀਤੀਆਂ ਸਨ, ਲਗਵਾ ਦਿੱਤੀਆਂ ਉਹਨਾਂ ਨੇ, ਜਿਹੜਾ ਅੱਜ ਕਿਸਾਨਾਂ ਦਾ ਮੁੱਦਾ ਧਰਨਾ ਉੱਠ ਰਿਹਾ ਹੈ। ਇਹ ਜ਼ਮੀਨਾਂ ਦੀ ਸ਼ੁਰੂਆਤ ਬਾਬਾ ਬੰਦਾ ਸਿੰਘ ਬਹਾਦਰ ਨੇ ਕੀਤੀ ਸੀ ਮੁਗਲ ਹਕੂਮਤ ਤੋਂ ਲੈ ਕੇ, ਵੀ ਸਿੱਖ ਕਦੇ ਵੀ ਟੈਕਸ ਨਹੀਂ ਦੇਣਗੇ। ਔਰ ਪੂਰਨ ਤੌਰ ਤੇ ਉਹਨੂੰ ਜਿਹੜਾ ਪੱਕਾ ਕਰਨ ਦੀ ਜਿਹੜੀ ਸੀਗੀ ਉਹ ਮਹਾਰਾਜਾ ਰਣਜੀਤ ਸਿੰਘ ਨੇ ਦਿੱਤੀਆਂ ਨੇ ਕਿ ਸਿੱਖ ਜਿਹੜੇ ਨੇ ਉਹ ਇਸ ਜ਼ਮੀਨਾਂ ਦੇ ਮਾਲਕ ਨੇ। ਔਰ ਗੁਰਦੁਆਰੇ ਨੂੰ ਜ਼ਮੀਨਾਂ ਦਿੱਤੀਆਂ ਸਨ ਔਰ ਉਸ ਸਕੂਲ ਨਾ ਹੋਣ ਕਾਰਨ ਗੁਰਦੁਆਰਿਆਂ ਦੇ ਵਿੱਚ ਬੱਚਿਆਂ ਨੂੰ ਪੰਜਾਬੀ ਗੁਰਮੁਖੀ ਪੜ੍ਹਾਈ ਜਾਂਦੀ ਸੀ। ਔਰ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਵਿੱਚ ਇੰਗਲਿਸ਼ ਲਾਗੂ ਨਹੀਂ ਹੋਣ ਦਿੱਤੀ, ਜਦਕਿ ਆਪ ਕਦੇ ਸਕੂਲ ਨਹੀਂ ਗਿਆ, ਠੀਕ ਹੈ। ਔਰ ਅਗਲੀ ਗੱਲ ਇਹ ਸੀਗੀ,
ਤੁਸੀਂ ਨੈਪੋਲੀਅਨ ਦਾ ਨਾਮ ਸੁਣਿਆ ਹੋਣਾ? ਹਾਂਜੀ ਬਿਲਕੁਲ ਸੁਣਿਆ, ਸੁਣਿਆ ਜੀ ਬਿਲਕੁਲ ਜੀ। ਔਰ ਡਿਊਕ ਆਫ ਕਲਿੰਟਨ ਹੈ, ਬ੍ਰਿਟਿਸ਼ ਡਿਊਕ ਆਫ ਕਲਿੰਟਨ, ਸੁਣਿਆ ਜੀ? ਡਿਊਕ ਆਫ ਕਲਿੰਟਨ ਜਿਹੜਾ ਹੈ ਉਹ ਅੰਗਰੇਜ਼ ਜਿਹੜੇ ਇਸਨੂੰ ਬਹੁਤ ਵੱਡਾ ਡਿਕਟੇਟਰ ਜਾਂ ਬਹਾਦਰ ਮੰਨਦੇ ਨੇ, ਮਾਰਸ਼ਲ ਆਰਟ ਮੰਨਦੇ ਨੇ। ਠੀਕ ਹੈ ਜੀ। ਹੁਣ ਤੁਸੀਂ ਹੈਰਾਨ ਹੋ ਗਏ ਵੀ ਨੈਪੋਲੀਅਨ ਕੋਲ 40,000 ਦੀ ਸੈਨਾ ਹੈ। ਠੀਕ ਹੈ ਜੀ। ਨੈਪੋਲੀਅਨ ਫਰਾਂਸ ਦਾ ਹੈ ਔਰ ਡਿਊਕ ਆਫ ਕਲਿੰਟਨ ਬ੍ਰਿਟਿਸ਼ ਹੈ। ਨੈਪੋਲੀਅਨ ਜਿਹੜਾ ਹੈ ਡਿਊਕ ਆਫ ਕਲਿੰਟਨ ਤੋਂ ਹਾਰ ਗਿਆ, ਸਮਰਪਣ ਕਰ ਦਿੱਤਾ। ਡਿਊਕ ਆਫ ਕਲਿੰਟਨ ਨੂੰ ਨੈਪੋਲੀਅਨ ਨੇ ਆਤਮ ਸਮਰਪਣ ਕਰ ਦਿੱਤਾ। ਔਰ ਕਈ ਰਾਈਟਰਾਂ ਨੇ ਇਸ ਜੰਗ ਨੂੰ ਚਮਕੌਰ ਦੀ ਜੰਗ ਨਾਲ ਵੀ ਜੋੜਿਆ ਕਿ 40 ਸਿੱਖ ਨੇ ਔਰ ਡਿਊਕ ਨੈਪੋਲੀਅਨ ਕੋਲ 40,000 ਹੈ। ਸ਼ਾਇਦ ਗੁਰੂ ਨਾਲ ਤਾਂ ਏਡੀ ਨਹੀਂ ਤੁਲਨਾ ਕੀਤੀ ਸੀ, ਮੈਂ ਇੱਕ ਗੱਲ ਕਰ ਰਿਹਾ ਕਿ ਚਮਕੌਰ ਦੀ ਜੰਗ ਵਿੱਚ ਗੁਰੂ ਗੋਬਿੰਦ ਸਿੰਘ ਨਾਲ 40 ਨੇ ਔਰ ਨੈਪੋਲੀਅਨ ਦੇ ਨਾਲ 40,000 ਹੈ ਔਰ 40,000 ਨੇ ਆਤਮ ਸਮਰਪਣ ਕਰ ਦਿੱਤਾ ਔਰ 40 ਨੇ ਆਤਮ ਸਮਰਪਣ ਨਹੀਂ ਕੀਤਾ ਗਾ। ਓਕੇ ਜੀ। ਔਰ ਡਿਊਕ ਆਫ ਕਲਿੰਟਨ ਜਿੱਤ ਗਿਆ। ਅੱਛਾ ਜੀ। ਔਰ ਡਿਊਕ ਨੈਪੋਲੀਅਨ ਦੇ ਦੋ ਜਰਨੈਲ ਨੇ, ਨੈਪੋਲੀਅਨ ਦੇ ਦੋ ਜਰਨੈਲ ਵਾਇਆ ਅਫਗਾਨਿਸਤਾਨ ਤੋਂ ਹੁੰਦੇ ਹੋਏ ਇੱਥੇ ਪੰਜਾਬ ਪਹੁੰਚੇ ਨੇ। ਉਹਨਾਂ ਨੇ ਪੁੱਛਿਆ ਵੀ ਦੁਨੀਆਂ ਵਿੱਚ ਕੋਈ ਐਸਾ ਦਾ ਬਹਾਦਰ ਹੈ ਵੀ ਨੈਪੋਲੀਅਨ ਤੇ ਹਾਰ ਚੁੱਕਿਆ ਹੈ, ਉਹਨੇ ਆਤਮ ਸਮਰਪਣ ਕਰ ਦਿੱਤਾ। ਉਹਦੇ ਜਰਨੈਲ ਨੇ, ਇੱਕ ਇਟਾਲੀਆ ਦਾ ਔਰ ਇੱਕ ਫਰਾਂਸ ਦਾ ਰਹਿਣ ਵਾਲਾ ਹੈ, ਉਹ ਕਹਿੰਦੇ ਨੇ ਕਿ ਜਦੋਂ ਉਹ ਮਿਲਦੇ ਨੇ ਉਹ ਕਹਿੰਦੇ ਵੀ ਕੋਈ ਐਸਾ ਬਾਦਸ਼ਾਹ ਹੈ ਵੀ ਜਿਹੜਾ ਮਤਲਬ ਦੁਨੀਆਂ ਨੂੰ ਜਿੱਤਣ ਦਾ, ਕਹਿੰਦੇ ਸਿਕੰਦਰ ਤੋਂ ਬਾਅਦ ਇੱਕੋ ਇੱਕ ਬਾਦਸ਼ਾਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵੀ ਜਿਹੜਾ ਯੂਰਪ ਨੂੰ ਵੀ ਰੱਖਣ ਜਿੱਤਣ ਦੀ ਤਾਕਤ ਰੱਖਦਾ। ਉਹ ਫਿਰ ਮਹਾਰਾਜਾ ਜੀ ਅਲਾਰਡ, ਅਲਾਰਡ ਉਹਦਾ ਨਾਮ ਹੈ, ਅਲਾਰਡ ਆਉਂਦਾ ਤੇ ਮਹਾਰਾਜੀਤ ਸਿੰਘ ਨੂੰ ਮਿਲਦਾ ਹੈਗਾ ਤੇ ਮਹਾਰਾਜੀਤ ਸਿੰਘ ਕਹਿੰਦੇ ਠੀਕ ਹੈ ਤੁਹਾਨੂੰ ਨੌਕਰੀ ਦਿੱਤੀ ਜਾਏਗੀ। ਤੁਹਾਨੂੰ ਪਤਾ ਹੋਏਗਾ ਪੈਰਿਸ ਦੇ ਅੰਦਰ ਮਹਾਰਾਜੀਤ ਸਿੰਘ ਦਾ ਸਟੈਚੂ ਲੱਗਾ ਹੋਇਆ। ਅਲਾਰਡ ਉਹ ਫੌਜ ਚ ਕੰਮ ਕਰਦਾ ਸੀ, ਇਸ ਕਰਕੇ ਦੇਖੋ ਕਿੰਨੀ ਰਿਸਪੈਕਟ ਹੈ। ਔਰ ਮੈਨੂੰ ਦੁੱਖ ਹੁੰਦਾ ਹੈ ਕਿ ਪੰਜਾਬ ਦੀ ਧਰਤੀ ਜਿੱਥੇ ਸ਼ੇਰੇ ਪੰਜਾਬ ਮਹਾਰਾਜੀਤ ਸਿੰਘ ਗੁਰੂ ਦੇ ਚਰਨ ਪਏ ਹੋਣ, ਤੁਸੀਂ ਕਿਤੇ ਵੀ ਚਲੇ ਜਾਓ ਤੁਹਾਨੂੰ ਮਹਾਰਾਜੀਤ ਸਿੰਘ ਦਾ ਸਟੈਚੂ ਨਹੀਂ ਮਿਲੇ। ਇਹ ਬੜੀ ਦੁੱਖ ਦੀ ਗੱਲ ਹੈ, ਸੋਚਣ ਦਾ ਵਿਸ਼ਾ ਹੈ। ਕਈ ਸਾਜੀ ਕੌਮ ਦੇ ਨਹੀਂ, ਗੱਲ ਮੁੱਦਾ ਕੌਮ ਦਾ ਨਹੀਂ ਗਾ, ਇੱਕ ਬਹਾਦਰ ਇੰਡੀਆ ਚ ਪੈਂਦਾ ਜੀ। ਦੇਖੋ ਜੀ ਬਿਲਕੁਲ, ਪੰਜਾਬ ਕੋਈ ਸੈਪਰੇਟਡ ਨਹੀਂ ਹੈਗਾ, ਇੰਡੀਆ ਦਾ ਰਾਜਾ ਮਤਲਬ ਇੰਡੀਆ ਦਾ ਹੀ ਰਾਜਾ ਹੋ ਗਿਆ ਜੀ। ਭਾਰਤ ਇੱਡਾ ਵੱਡਾ, ਪੰਜਾਬ ਕਿੱਡਾ ਵੱਡਾ ਸੀਗਾ ਜੀ ਉਸ ਟਾਈਮ, ਉਸ ਤੋਂ ਬਾਅਦ ਟੋਟੇ ਹੋ ਗਏ। ਉਹਦਾ ਸਟੈਚੂ ਕੋਈ ਨਹੀਂ ਇੱਥੇ, ਕਾਫੀ ਸਾਰੇ ਵਿਗਿਆਨਾਂ ਵਿਦਵਾਨਾਂ ਦੇ ਸਟੈਚੂ ਲਗਾ ਦਿੱਤੇ, ਬਟ ਇਹ ਮਹਾਰਾਜਾ ਜਿਹੜਾ ਗੁਰੂ ਨਾਲ ਵੀ ਜੁੜਿਆ ਹੋਇਆ ਸੀ, ਗੁਰੂ ਘਰਾਂ ਨੂੰ ਹੋ ਗਏ ਜੀ। ਬਸ ਇਸ ਤਰ੍ਹਾਂ ਹੀ ਥੋੜੇ ਇੰਡੀਆ ਦੇ ਹਾਲਾਤ ਹੀ ਐਸੇ, ਮੰਨ ਲਓ ਸਾਡੇ ਬੱਚੇ ਜਾਂ ਅੱਗੇ ਨਹੀਂ ਆ ਰਹੇ ਜਾਂ ਇੱਥੋਂ ਛੱਡ ਕੇ ਬਾਹਰ ਨੂੰ ਭੱਜ ਰਹੇ ਨੇ, ਰਿਲੀਜੀਅਸ ਬਾਰੇ ਨੌਲੇਜ ਨਹੀਂ ਰੱਖ ਰਹੇ, ਇਹ ਸਾਰੀਆਂ ਕਮੀਆਂ ਹੈਗੀਆਂ ਜੀ ਇੱਥੇ। ਮੈਂ ਦੇਖੋ ਹਮੇਸ਼ਾ ਤੋਂ ਪਿਛਲੇ 10 ਸਾਲ ਤੋਂ ਬੋਲਦਾ ਆ ਰਿਹਾ, ਮੈਂ ਸ਼ਰੇਆਮ ਬੋਲ ਰਿਹਾ ਔਰ ਤੁਸੀਂ ਵੀ ਸੁਣਿਆ ਸੀਗਾ ਜੀ। ਮੇਰੇ ਡਰਾਇੰਗ ਰੂਮ ਦੇ ਅੰਦਰ ਜਾਓਗੇ ਤੁਹਾਨੂੰ ਸ਼ੇਰੇ ਪੰਜਾਬ ਮਹਾਰਾਜਾ ਸਿੰਘ ਦੀ ਤਸਵੀਰ ਮਿਲੇਗੀ। ਔਰ ਮੇਰਾ ਬੱਚਾ ਛੋਟਾ ਪੁੱਛੇਗਾ ਜਿੱਦਾਂ ਹੈਗਾ ਵੀ ਇਹ ਕੌਣ ਹੈ, ਹੂ ਇਜ਼ ਦਿਸ ਮੈਨ, ਤਾਂ ਮੈਂ ਉਹਨੂੰ ਦੱਸਾਂਗਾ ਵੀ ਇਹ ਸ਼ੇਰੇ ਪੰਜਾਬ ਮਹਾਰਾਜਾ ਜੀ ਸੀ। ਸੋਚ ਹੈ ਬਿਲਕੁਲ, ਤੁਹਾਡੇ ਡਰਾਇੰਗ ਰੂਮ 'ਚ ਘਰ 'ਚ ਫਿਲਮੀ ਕਲਾਕਾਰਾਂ ਦੀਆਂ ਫੋਟੋਆਂ ਹੋਣਗੀਆਂ, ਕੋਈ ਕਿਸੇ ਬਾਡੀ ਬਿਲਡਰ ਦਾ ਫੈਨ ਹੈ, ਕੋਈ ਰੈਸਲਿੰਗ ਵਾਲੇ ਦਾ ਫੈਨ ਹੈ, ਕੋਈ ਖੱਲੀ ਦਾ ਫੈਨ ਹੈ, ਨਹੀਂ ਮੈਂ ਹਰੀ ਸਿੰਘ ਨਲੂਏ ਦਾ ਫੈਨ ਹਾਂ। ਠੀਕ ਹੈ। ਅੱਜ ਮੈਨੂੰ ਦੁੱਖ ਹੁੰਦਾ ਹੈ ਸਿੱਖ ਪ੍ਰਚਾਰਕ ਹੋਣ ਦੇ ਨਾਤੇ ਕਿ ਅੱਜ ਤੁਸੀਂ ਅੰਮ੍ਰਿਤਸਰ ਚਲੇ ਜਾਓਗੇ ਤੁਹਾਨੂੰ ਹਰੀ ਸਿੰਘ ਨਲਵੇ ਦਾ ਪੁਤਲਾ ਸਟੈਚੂ ਨਹੀਂ ਮਿਲੇਗਾ। ਨਹੀਂ ਮਿਲੇਗਾ, ਬਹੁਤ ਬਦਕਿਸਮਤੀ। ਹੁਣ ਜਦੋਂ ਤੁਸੀਂ ਸਾਊਥ ਇੰਡੀਆ ਚਲੇ ਜਾਓ, ਤੁਸੀਂ ਦਿੱਲੀ ਚਲੇ ਜਾਓ, ਤੁਸੀਂ ਕਿਤੇ ਵੀ ਚਲੇ ਜਾਓ ਕੰਟਰੀ 'ਚ, ਉੱਥੇ ਤੁਹਾਨੂੰ ਉਹਨਾਂ ਦੇ ਸਟੈਚੂ ਮਿਲਣਗੇ ਔਰ ਉੱਥੋਂ ਉਹ ਲੋਕ ਇੰਟਰ ਕਰਦੇ ਨੇ ਤੇ ਦੇਖਦੇ ਨੇ, ਤੇ ਸਾਡੀ ਕੋਈ ਯਾਦਗਾਰ ਨਹੀਂ ਹੈ, ਨਹੀਂ ਹੈ, ਸਾਡੀ ਖਤਮ ਹੋ ਗਈ। ਔਰ ਜਦੋਂ ਅਲਾਰਡ ਆਉਂਦਾ ਹੈ, ਵੈਂਤੁਰਾ, ਦੋ ਜਰਨੈਲ ਨੇ ਅਲਾਰਡ ਔਰ ਵੈਂਤੁਰਾ, ਵੈਂਤੁਰਾ ਅਲਾਰਡ ਪੁੱਛਦੇ ਨੇ ਕਿ ਕੌਣ ਹੈ ਬੰਦਾ, ਕਹਿੰਦੇ ਸ਼ੇਰੇ ਪੰਜਾਬ ਮਹਾਰਾਜੀਤ ਸਿੰਘ, ਮਹਾਰਾਜਾ ਰਣਜੀਤ ਸਿੰਘ। ਔਰ ਫਰੈਂਚ ਬੋਲਦਾ ਹੈ। ਅੱਛਾ ਜੀ, ਉਹ ਫਰੈਂਚ ਬੋਲਦੇ ਨੇ। ਤੇ ਤੁਸੀਂ ਇਹ ਦੇਖੋ ਬਈ ਦੀਵਾਨ ਮੋਹਕਮ ਚੰਦ ਜਿਹੜਾ ਹੈ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਵਜ਼ੀਰ, ਉਹ ਫਰੈਂਚ ਬੋਲਦਾ ਹੈ, ਔਰ ਹਰੀ ਸਿੰਘ ਨਲੂਆ ਇੰਗਲਿਸ਼ ਬੋਲਦਾ ਹੈ। ਤੁਸੀਂ ਸਿੱਖਾਂ ਨੂੰ ਅਨਪੜ੍ਹ ਸਮਝਿਆ? ਮੈਂ ਜਦੋਂ ਅੱਜ ਗੱਲ ਕਰ ਰਿਹਾ ਸੀਗਾ ਵੀ ਮੈਂ ਚਾਹੁੰਦਾ ਕਿ ਮੇਰੀ ਕਮਿਊਨਿਟੀ ਸਕਸੈਸਫੁਲ ਇਨ ਦਾ ਵਰਲਡ, ਤੁਸੀਂ ਗਿਆਨੀ ਭਾਈਆਂ ਨੂੰ ਵੀ ਕੜਾਹ ਖਾਣ ਵਾਲੇ ਸਮਝਣ ਲੱਗ ਗਏ ਹੋਏ। ਇਸ ਕਰਕੇ ਮਹਾਰਾਜੀਤ ਸਿੰਘ ਦਾ ਮੋਹਕਮ ਚੰਦ ਜਿਹੜਾ ਹੈਗਾ ਉਹ ਇੰਗਲਿਸ਼ ਫਰੈਂਚ ਬੋਲਦਾ, ਉਹਨੇ ਫਰੈਂਚ ਚ ਗੱਲ ਕੀਤੀ। ਮਹਾਰਾਜੀਤ ਸਿੰਘ ਨੇ ਕਿਹਾ, ਕਹਿਣ ਲੱਗਾ ਵੀ ਦੇਖੋ ਤੁਹਾਨੂੰ ਨੌਕਰੀ ਮਿਲੇਗੀ, ਤੁਹਾਨੂੰ ਪੈਸੇ ਵੀ ਮਿਲਣਗੇ, ਮੇਰੇ ਰਾਜ ਦੀ ਇੱਕ ਸ਼ਰਤ ਹੈ, ਪਹਿਲੀ ਤੁਹਾਡੇ ਵਾਲ ਨਹੀਂ ਕੱਟੇ ਹੋਣੇ ਚਾਹੀਦੇ। ਉਹਨਾਂ ਨੇ ਵਾਲ ਰੱਖੇ। ਦੂਸਰੀ, ਤੁਸੀਂ ਸਮੋਕਿੰਗ ਨਹੀਂ ਕਰੋਗੇ, ਕਿਉਂਕਿ ਤੁਹਾਨੂੰ ਪਤਾ ਯੂਰੋਪੀਅਨ ਲੋਕ ਸਮੋਕਿੰਗ ਕਰਦੇ। ਠੀਕ ਹੈ, ਉਹ ਕਹਿੰਦੇ ਅਸੀਂ ਨਹੀਂ, ਸਾਡੇ ਲਈ ਬਹੁਤ ਡਿਫੀਕਲਟ,
ਉਹ ਕਹਿੰਦੇ ਵੀ ਜਦੋਂ ਤੁਹਾਡੇ ਲਈ ਡਿਫੀਕਲਟ ਹੈ ਤੇ ਯੂ ਕੈਨ ਗੋ ਬੈਕ ਯੂਅਰ ਕੰਟਰੀ, ਤੁਸੀਂ ਜਾ ਸਕਦੇ ਹੋ। ਅਗਰ ਤੁਹਾਡਾ ਮਨ ਬਣੇ ਤਾਂ ਕਮ ਬੈਕ ਅਗੇਨ ਇਨ ਦਾ ਖਾਲਸਾ ਰਾਜ। ਓਕੇ, ਉਹ ਕਹਿੰਦੇ ਵੀ ਤੁਸੀਂ ਆ ਸਕਦੇ ਹੋ। ਉਹਨਾਂ ਨੇ ਮਨ ਬਣਾ ਲਿਆ, ਫਿਰ ਉੱਥੇ ਰਹੇ, ਮਹਾਰਾਜ ਜੀਤ ਸਿੰਘ ਦੇ ਰਾਜ ਵਿੱਚ ਰਹੇ ਨੇ, ਉਹ ਨੌਕਰੀ ਕੀਤੀ ਹੈ। ਔਰ ਤੁਸੀਂ ਦੇਖੋ ਅੱਜ ਸਿੱਖਾਂ ਲਈ ਮਾਣ ਦੀ ਗੱਲ ਹੈ ਕਿ ਜਿਵੇਂ ਅੱਜ ਇੰਡੀਆ ਤੋਂ ਸਿੱਖ ਮੂਵ ਹੋ ਕੇ ਵਿਦੇਸ਼ਾਂ ਚ ਕੰਮ ਕਰ ਰਹੇ, ਲੇਕਿਨ ਜਿੱਦਣ ਸਾਡਾ ਰਾਜ ਸੀ ਔਰ ਵਿਦੇਸ਼ਾਂ ਦੇ ਲੋਕ ਸਾਡੇ ਕੋਲ ਕੰਮ ਕਰਦੇ ਸਨ।